ਤੈਨੂੰ ਜਬ ਲੱਗਣ ਡਿਆ, ਤੈਨੂੰ ਗੱਲਾਂ ਮਾਰਦੇ ਆ, ਅੰਦਰ ਨਹੀਂ ਬਹਿ ਸਕਦੇ ਆ ਤੁਸੀਂ। ਜਿਹੜਾ ਕੰਮ ਕਰਨ ਡਿਆ ਉਹਨੂੰ ਕੰਮ ਕਰ ਲੈਣ ਦੋ। ਹੁਣ ਤੂੰ ਕਿਉਂ ਰੋਣ ਡੀ ਆ? ਹੈ ਬੜੀ ਖੁਸ਼ੀ ਵਾਲੀ ਗੱਲ, ਤੂੰ ਰੋਣ ਡੀ ਆ? ਹੈ ਬਹਿਲੇ ਮੈਂ ਮੰਮੀ ਦਾਦਾ, ਮੰਮੀ ਮੰਮੀ ਬੋਲਣਾ ਸਗੋਂ ਇਹ ਤੇ ਖੁਸ਼ੀ ਵਾਲੀ ਗੱਲ ਆ ਮੰਮੀ। ਲੈ ਵੀ ਆ ਮੁੰਡੇ ਨੇ ਇੰਨੀ ਮੇਰੀ ਜਾਨ ਸਤਾਈ ਆ ਨਾ, ਕਿਤੇ ਬਾਥਰੂਮ ਕਰਨਾ ਭਾਰੀ ਕੀਤਾ ਮੈਨੇ ਬੁਲਾ ਜੀ ਨੇ ਕੀ ਆ। ਜਿਹੜਾ ਮੈਨੂੰ ਬੜੇ ਚਿਰ ਦਾ ਇੰਤਜ਼ਾਰ ਸੀ। ਸ਼ੁਕਰ ਮਾਨਸਾ ਤੇਰੀ ਘੜੀ ਨੂੰ ਹੈ ਭਾਈ ਮਾਨਸਾ, ਸੱਚੇ ਪਾਤਸ਼ਾਹ ਗੁਰਦੇਵ ਬਹਾਦਰ ਪਾਤਸ਼ਾਹ ਆ ਤੇ ਬਹੁਤ ਸੋਹਣਾ ਆ। ਮੇਰੀ ਧੀ ਕੀ ਕਰਨ ਡਈ ਸਗਨ ਵਿਆਹ ਹੈ, ਰੋਣ ਡਈ ਆ? ਹੋ ਵਾਹਿਗੁਰੂ ਕਹਿ ਪੁੱਤ, ਵਾਹਿਗੁਰੂ 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 ਕਰ ਬਾਬੇ ਦਾ ਨਾਂ ਲੈ। ਕਿਤੇ ਮਾਲਕ ਨੇ ਸਾਡੀ ਨੇੜੇ ਹੋ ਕੇ ਸੁਣੀ ਆ ਤੇ ਹੋਰ ਕੀ ਚਾਹੀਦਾ ਵਾ ਹੈ। ਕਿਤੇ ਇੰਨੀ ਬਾਬੇ ਨੇ ਕਿਰਪਾ ਕੀਤੀ ਆ, ਅਸੀਂ ਤੇ ਕਿਤੇ ਆਸਾਂ ਤੋਂ ਕਿਤੇ ਇੰਨਾ ਪਰੇਸ਼ਾਨ ਆ ਵੀ ਹਾਏ ਬਾਬਾ ਕਦੋਂ ਦਏਗਾ ਸਾਨੂੰ ਸੋਨੂੰ। ਜਦੋਂ ਤੇਰੇ ਨਾਲ ਦੇ ਵਿਆਹਿਆ ਦੇ ਬੱਚੇ ਹੋਏ ਸਕੂਲੇ ਜਾਂਦੇ ਸੀ, ਮੈਂ ਨਾ ਮਾਂ ਅੱਜ ਸਾਡਾ ਵੀ ਘਰ ਭਰ, ਸਾਡੇ ਘਰ ਵੀ ਤੋਰ ਤੋਰ ਸੱਚੇ ਪਾਤਸ਼ਾਹ, ਸਾਡੇ ਘਰ ਵੀ ਦੇ ਖੁਸ਼ੀਆਂ ਤੇ ਸਾਡੇ ਵੀ ਨਿਆਣੇ ਜਾਇਆ ਕਰਨਗੇ, ਤੇ ਰੋਣ ਵਾਲੀ ਪੁੱਤ ਕਿਹੜੀ ਗੱਲ ਵਾ ਹੈ। ਕਿਤੇ ਬਾਬੇ ਨੇ ਕਿਰਪਾ ਕੀਤੀ ਆ, ਇਹਨਾਂ ਚੀਜ਼ਾਂ ਬਦਲੇ ਖੂਹੀ ਜਾਲ ਪਾਏ ਸੋਨੂੰ। ਜਦੋਂ ਤੂੰ ਨੀ ਨਾ ਹੋਇਆ ਉਦੋਂ ਵੀ ਖੂਹੀ ਜਾਲ ਹੀ ਪਾ ਪਾ ਕੇ ਲੱਭਾ ਸੀ ਤੈਨੂੰ, ਤੇ ਹੁਣ ਵੀ ਆਪਾਂ ਖੂਹੀ ਜਾਲ ਹੀ ਪਾਏ ਆ। ਮਾਰਾ ਮੇਰੇ ਵਾਲੀ ਖੂਹੀ ਜਾਲ ਨਾ ਹੀ ਪਾਉਂਦੇ ਚੰਗਾ, ਕਿਉਂ ਮੈਨੂੰ ਖੂਹ ਚ ਹੀ ਰਹਿਣ ਦਿੰਦੇ? ਹਾਏ ਹਾਏ ਵਾਗਰੂ ਆ ਪੁੱਤ, ਤੂੰ ਆਇਆ ਤੇ ਸਾਨੂੰ ਸਭ ਕੋ ਗਾੜੀ ਮਿਲਣਾ ਵਾ, ਤੈਨੂੰ ਕਿਉਂ ਕੁਝ ਰਹਿਣ ਦਿੰਦੇ ਆਪਾਂ? ਉੱਚੋ ਕੱਢ ਕੇ ਮੈਨੂੰ ਕਿੱਡਾ ਕੁ ਭਲਾ ਕਰਤਾ ਜੇ, ਆ ਕਿੱਥੇ ਛੁੱਟਦਾ? ਪੁੱਤ ਬਹੁਤ ਸੋਹਣਾ ਤੁਹਾਡੇ ਵਾਸਤੇ ਮਹਿਲ ਵਾ, ਚੌਵੇਂ ਦਰਵਾਜੇ ਤੁਹਾਡੇ ਗੇਟ ਲੱਗੇ ਆ, ਤੁਹਾਡੀਆਂ ਬੰਗਲੇ ਆ, ਬੰਗਲੇ ਬਣੇ ਇੱਕ ਹਿਸਾਬ ਦੇ। ਬੰਗਲਿਆਂ ਨੂੰ ਕੀ ਕਰਨਾ ਜਿੱਥੇ ਸੁੱਖ ਨਾ ਹੋਵੇ? ਬਹੁਤ ਸੁੱਖ ਵਾ, ਸੁੱਖ ਬਹੁਤ ਦੇਣਾ ਮਾਲਕ ਨੇ ਪੁੱਤ। ਕਿਤੇ ਕਿੱਦਾਂ ਅਸੀਂ ਜਾਂਦੇ ਰਹੇ ਆ, ਜਿੱਥੇ ਕਿਸੇ ਨੇ ਦੱਸਣਾ ਹੈ ਗੁਰਦੁਆਰੇ ਜਾਓ, ਉਹ ਗੁਰਦੁਆਰੇ ਜਾਓ, ਉੱਥੇ ਬਾਬੇ ਕੋਲ ਅਰਦਾਸ ਕਰਾਓ, ਅਸੀਂ ਸਾਰੀ ਥਾਈ ਜਾਂਦੇ ਰਹੇ ਆ ਤੇ ਗੁਰੂ ਨੇ ਸਾਡੀ ਸੁਣ ਲਈ, ਸਾਡੀ ਝੋਲੀ ਖੈਰ ਪਾਤਾ, ਹੋਰ ਕੀ ਚਾਹੀਦਾ ਸਾਨੂੰ? ਇਹ ਤਾਂ ਤੁਹਾਡੀ ਗੱਲ ਠੀਕ ਵਾ, ਕਿੰਨੀ ਕਿਰਪਾ ਕੀਤੀ ਮਹਾਰਾਜ, ਜਿੱਦਾਂ ਪਾਪਾ ਜੀ ਕਰਦੇ ਆ ਨਾ, ਮੈਨੂੰ ਤਾਂ ਲੱਗਦਾ ਨਹੀਂ ਆ ਵੀ ਉਹਨਾਂ ਇੰਨੀ ਮਿਹਨਤ ਕੀਤੀ ਹੋਊਗੀ ਮੇਰੇ ਕਰਕੇ। ਪੁੱਤ ਕਹਿਣਾ ਸੌਖਾ ਵਾ ਤੇ ਕਰਨਾ ਔਖਾ ਵਾ, ਇਹ ਗੱਲ ਵਾ। ਤੁਸੀਂ ਖੁਦ ਜਾਂਦੇ ਰਹੇ ਹੋਗੇ ਇੱਧਰ ਉੱਧਰ, ਪਰ ਪਾਪਾ ਜੀ ਨਹੀਂ ਹਿੱਲੇ। ਉਹਦਾ ਪਾਪਾ ਜੀ ਵੀ ਜਾਂਦੇ ਰਹੇ ਆ ਤੇ ਕਈ ਵਾਰ ਮੈਂ ਨਹੀਂ ਵੀ ਦੱਸ ਕੇ ਜਾਂਦੀ ਰਹੀ ਆ, ਮੈਂ ਤੈਨੂੰ ਝੂਠ ਬੋਲਾਂ? ਇਹੋ ਉਹਨੇ ਕਹਿਣਾ ਆਹੋ ਕਈ ਥਾਈ ਗਏ ਆ, ਉੱਥੋਂ ਤੇ ਕੁਝ ਮਿਲਿਆ ਨਹੀਂ ਗਾ, ਅਸੀਂ ਨਹੀਂ ਜਾਣਾ ਕਿਤੇ। ਮੈਂ ਫੇਰ ਆਖਣਾ, ਮੈਂ ਨਾ ਰੱਬ ਨਾਲ ਨੀ ਰੁਸੀਦਾ ਹੁੰਦਾ, ਕੋਈ ਵੇਲਾ ਕਿਹਾ ਤੇ ਕੋਈ ਵੇਲਾ ਕਿਹਾ, ਮੈਂ ਚੁੱਪ ਕਰਕੇ ਨਿਕਲ ਜਾਂਦੀ ਰਹੀ ਆ। ਤੇ ਜਦੋਂ ਮਾਲਕ ਨੇ ਦੇਣਾ ਹੁੰਦਾ ਨਾ, ਉਹ ਪਤਾ ਨੀ ਕਿਹੜੇ ਵੇਲੇ ਨਿਗਾਹ ਸਵੱਲੀ ਹੋ ਜਾਂਦੀ ਆ। ਤੇ ਆ ਵੀ ਹੁਣ ਰੱਬ ਨੇ ਸਾਡੀ ਨੌਵੀਂ ਸਾਲੀ ਸੁਣੀ ਤੇ ਹੋਰ ਸਾਨੂੰ ਏਦਾਂ ਵੱਡੀ ਖੁਸ਼ੀ ਕਿਹੜੀ ਹੋਣੀ ਆ। ਪੁੱਤ ਨਾਲ ਕਿਉਂ ਨਹੀਂ ਗਾ? ਪੁੱਤ ਮਾੜਾ ਲੱਗਦਾ ਵਾ? ਜਦੋਂ ਮੂਲ ਹੀ ਨਾ ਰਹੇ ਤੇ ਵਿਆਜ ਨੂੰ ਕੀ ਕਰਨਾ? ਨਹੀਂ ਨਹੀਂ ਵਾਗਰੂ ਆ ਪੁੱਤ, ਏਦਾਂ ਨੀ ਕਰਨਾ, ਖੁਸ਼ ਖੁਸ਼ ਰਹੋ, ਖੁਸ਼ ਖੁਸ਼ ਕੰਮ ਕਰੋ, ਸਾਰੇ ਪਾਪਾ ਜੀ ਨੂੰ ਵੀ ਖੁਸ਼ੀ ਮਿਲੇ ਤੇ ਸਾਰੇ ਪਰਿਵਾਰ ਨੂੰ ਖੁਸ਼ੀ ਹੋਵੇ। ਇਹ ਗੱਲ ਦੀ ਕਿੰਨਾ ਚਿਰ ਹੋ ਗਿਆ ਵਾ ਹੈ ਕਿ ਤੁਹਾਡੀਆਂ ਅੱਖਾਂ ਬੱਕ ਗਈਆਂ ਵੇਹਦਿਆਂ ਨੂੰ, ਇਹ ਦਿਨ ਡੀਕਦਿਆਂ ਨੂੰ। ਤੇ ਠੀਕ ਆ, ਜੇ ਤੁਸੀਂ ਚਾਹੁੰਦੇ ਦੱਸੋ ਜਰੂਰ, ਮੈਂ ਤੁਹਾਨੂੰ ਰੋਕਦਾ ਨਹੀਂ।
ਪਰ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਸਮਝਾਈ ਹੈ ਸਹੀ ਹੈ ਨਾ, ਉਹ ਪਾਪਾ ਜੀ ਨਾਲ ਕਰ ਲਿਓ। ਪੁੱਤ ਮੈਂ ਤਾਂ ਹੁਣ ਖੁਸ਼ੀ ਦੀ ਗੱਲ ਦੱਸਣੀ ਤੇਰੇ ਪਾਪਾ ਜੀ ਨੂੰ, ਮੈਂ ਹੁਣ ਹੋਰ ਕੋਈ ਗੱਲ ਨਹੀਂ ਕਰਨੀ, ਮੈਨੂੰ ਇੰਨੀ ਖੁਸ਼ੀ ਆ। ਜੇ ਤੂੰ ਕਹਿੰਦਾ ਨਾ ਉਹ ਗੱਲ ਦੱਸ ਦੀ ਜ਼ਰੂਰੀ ਤੇ ਕੋਈ ਨੀ, ਮੈਂ ਦੱਸ ਦੂੰਗੀ, ਮੈਂ ਸਹਿਜ ਭਾਣਾ ਦੱਸ ਦੂੰਗੀ ਤੇ ਕੋਈ ਗੱਲ ਨੀ। ਜਾਓ ਉੱਠ ਸੁਮਨ, ਉੱਠ ਪੁੱਤ, ਵਾਗਰੂ ਆ ਗੁਰਦੁਆਰੇ ਜਾਓ, ਮੱਥਾ ਟੇਕ ਕੇ ਆਓ, ਗੁਰੂ ਨੇ ਦਿੱਤਾ ਸਭ ਕੁਝ, ਉਹਦਾ ਹੀ ਦਾਤ ਪੜਿਆ, ਰੋਣਾ ਨੀ ਗਾ। ਇਹ ਤਾਂ ਸਦਨੇ ਖੁਸ਼ੀ ਵਾਲੀ ਗੱਲ ਆ ਸਗੋਂ। ਚਲੋ ਠੀਕ ਜੇ ਪਾਪਾ, ਮੈਂ ਚੱਲੀ ਜੀ ਫਿਰ ਪੁਲਿਸ ਸਟੇਸ਼ਨ, ਫੋਨ ਕਰ ਦਿਓ ਉਹਨਾਂ ਨੂੰ ਤੁਸੀਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਵਧੀਆ ਜੀ, ਮੈਂ ਤੁਹਾਨੂੰ ਜਾਣਿਆ ਤਾਂ। ਮੈਂ ਹਰਮਨ ਦੀ ਕਜ਼ਨ, ਤੁਹਾਡੀ ਬੈਸਟ ਫਰੈਂਡ। ਅੱਛਾ, ਹਰਮਨ ਦੀ ਲਵਜੋਤ ਫਿਰ। ਹਾਂਜੀ, ਹੋਰ ਸੁਣਾਓ, ਠੀਕ ਠਾਕ? ਹਾਂ ਠੀਕ ਠਾਕ, ਮੇਰੇ ਨਾਲ ਤਾਂ ਮਾਲ ਚ ਹੀ ਨਹੀਂ ਆਇਆ ਸੀਗਾ। ਅੱਛਾ, ਹੋਰ ਹਰਮਨ ਦਾ? ਹਰਮਨ ਦਾ ਤੁਹਾਨੂੰ ਨਹੀਂ ਪਤਾ, ਹਰਮਨ ਦੀ ਤਾਂ ਡੈਥ ਹੋ ਗਈ 4 ਮਹੀਨੇ ਹੋਏ। ਡੈਥ ਹੋ ਗਈ? ਹਾਂਜੀ। ਨਹੀਂ, ਉਹਨੇ ਤਾਂ ਮੈਨੂੰ ਸਾਲ ਕੀ ਹੋਇਆ, ਉਹਨੇ ਮੈਨੂੰ ਬਲੌਕ ਕਰਤਾ ਸੀਗਾ ਪਹਿਲਾਂ। ਮੈਂ ਕਾਫੀ ਵਾਰੀ ਉਹਦਾ ਫੋਨ ਟਰਾਈ ਕੀਤਾ, ਉਹਦੇ ਹਸਬੈਂਡ ਦਾ ਵੀ ਕਰਦੀ ਰਹੀ ਤੇ ਉਹ ਉਹਨੇ ਕਹਿ ਦਿੰਦਾ ਰਿਹਾ ਕਿ ਮੈਂ ਗੱਲ ਕਰਾਉਂਗਾ, ਬਟ ਕਰਾਈ ਨਹੀਂ। ਨਹੀਂ, ਉਹਦੇ ਨਾ ਸਹੁਰਿਆਂ 'ਚ ਪ੍ਰੋਬਲਮ ਸੀਗੀ, ਘਰ ਵਾਲੇ ਦਾ ਕਿਸੇ ਹੋਰ ਨਾਲ ਫੇਰ ਸੀਗਾ ਤੇ ਉਹਦੇ ਕਰਕੇ ਉਹ ਡਿਪਰੈਸ਼ਨ 'ਚ ਚਲੀ ਗਈ ਤੇ ਉਹਨੇ ਸੁਸਾਈਡ ਕਰ ਲਿਆ। ਉਹਨੇ ਦੱਸਿਆ ਨਹੀਂ ਨਾ ਕਿਸੇ ਨੂੰ ਤੇ ਉਹ ਬਸ ਆਪਣੇ ਵਿੱਚ ਰੱਖਦੀ ਰਹੀ ਅੰਦਰੇ ਅੰਦਰ ਤੇ ਉਹਨੇ ਫਿਰ। ਅੱਛਾ, ਮੈਨੂੰ ਨਹੀਂ ਪਤਾ ਸੀਗਾ ਫਿਰ ਕਿ ਇੱਦਾਂ ਉਹ ਕਰ ਸਕਦੀ ਹੈ। ਅਮਲਤ ਉਹਨੇ ਇੰਨੀ ਪ੍ਰੇਮ ਕਰ ਲਈ ਨਾ ਕਲਾਸ ਦੇ ਵਿੱਚ ਕਿ ਸਾਰੇ ਟੀਚਰ ਮਤਲਬ ਮੰਨਦੇ ਹੁੰਦੇ ਸੀਗੇ ਕਿ ਇਹ ਮੁੰਡਾ ਹੋਣੀ ਚਾਹੀਦੀ ਸੀਗੀ ਕਿ ਇੰਨੀ ਬਹਾਦਰ ਕੁੜੀ ਸੀਗੀ। ਪਰ ਮੈਨੂੰ ਜਦ ਤੇ ਬੀਤ ਦੀਆਂ ਪਤਾ ਉਹਨੂੰ ਹੀ ਆ ਨਾ, ਜਿਹੜੀ ਸਿਚੁਏਸ਼ਨ 'ਚ ਉਹ ਹੋ ਗਿਆ ਨਾ ਉਹਨੇ ਪਤਾ। ਬੜਾ ਮਾੜਾ ਸੁਣ ਕੇ, ਬੜਾ ਹੀ ਦੁੱਖ ਲੱਗਿਆ। ਪਰ ਜ਼ਿਆਦਾਤਰ ਪੁਲਿਸ ਵਾਲੇ ਮੇਰੇ ਹਿਸਾਬ ਨਾਲ ਚੰਗੇ, ਮੇਰੇ ਖੁਦ ਦੇ ਪਾਪਾ ਪੁਲਿਸ ਵਿੱਚ ਆ, ਬਟ ਉਹ ਤੇ ਜਿਵੇਂ ਕੋਈ ਉਹ ਕਹਿੰਦੇ ਜਿੱਦਾਂ ਕੋਈ ਧੀ ਆਉਂਦੀ ਆ, ਲੇਡੀ ਆਉਂਦੀ ਆ, ਉਹਨੂੰ ਮੈਂ ਕਹਿੰਦੇ ਤੇਰੇ ਤੇਰੇ ਥਾਂ ਤੇ ਰੱਖ ਕੇ ਵੇਖਦਾ ਆ ਕਿ ਮੇਰੀ ਵੀ ਧੀ ਆ, ਮੇਰੀ ਧੀ ਨਵੀਂ ਕੱਲ੍ਹ ਨੂੰ ਕੋਈ ਪ੍ਰੋਬਲਮ ਹੋ ਸਕਦੀ ਤੇ ਕੋਈ ਕਿੱਦਾਂ ਦੇ ਸਵਾਲ ਜਵਾਬ ਕਰੇਗਾ। ਪਰ ਸੋਚ ਸੋਚ ਦੇ ਗੱਲ ਹੁੰਦੇ ਮੈਮ। ਨਾਲੇ ਮੈਂ ਸੁਣਿਆ ਉਹਨਾਂ ਦੇ ਹਸਬੈਂਡ ਵੀ ਕਾਫੀ ਥੋੜੇ ਹੈਗੇ ਆ, ਮਤਲਬ ਉਹਨਾਂ ਦਾ ਵੀ। ਪਾਣੀ ਥਰਿਆ ਬੜਾ ਵਾ, ਤੂੰ ਅੱਗੇ ਠੀਕ ਨੀ ਗਾ, ਚੱਲ ਇੱਧਰ ਆ, ਉੱਥੇ ਬਹਿ ਤੂੰ, ਇਹਦੇ ਉੱਥੇ ਅੱਗ ਸੇਕ। ਮੇਰੇ ਕੋਲ ਤਰਿਆ ਨਹੀਂ ਆ ਰਿਹਾ, ਕਿੱਦਾਂ ਕੱਪੜੇ ਇਹਨੇ ਖਰਾਬ ਕਰਕੇ ਸੁੱਟ ਦਿੱਤੇ ਸਾਰੇ। ਕੀ ਦੱਸ ਮੁੰਡਿਆ ਤੇਰਾ, ਵੀ ਕੀ ਕਰਾਂਗੇ? ਮੈਂ ਕਹਿੰਦਾ ਇਹਨੂੰ ਤਾਂ ਠੀਕ ਹੋ ਜਾ, ਤਾਂ ਬਹਿ ਇੱਥੇ। ਮੇਰਾ ਸਰੀਰ ਕੰਬੀ ਜਾਂਦਾ ਜੀ। ਉਹ ਮੈਂ ਬੀਬੀ ਤੇਰੀ ਨੂੰ ਕਹਿੰਦਾ ਮੈਂ ਚਾਹ ਬਣਾ ਕੇ ਤੈਨੂੰ ਦਊਗੀ, ਚਾਹ ਨਾਲ ਠੀਕ ਹੋ ਜੂਗਾ। ਆਹੋ, ਚਾਹ ਗਰਮ ਹੁੰਦੀ ਆ, ਸੇਕ ਲਾ ਅੱਗ, ਧੂੰਆਂ ਅੱਗ ਵੀ ਨਹੀਂ ਬਣ ਰਹੀ। ਅਰੇ ਧੂੰਆਂ ਪੈਣ ਡਿਆ ਵਾ, ਤੇ ਨਹਾਤਾ ਕਿਉਂ ਠਰੇ ਪਾਣੀ ਨਾਲ? ਤੂੰ ਮੈਨੂੰ ਤੇ ਪੁੱਛ ਲੈਂਦਾ। ਉਹ ਮੈਂ ਸਾਰਾ ਲਿਬੜ ਗਿਆ ਸੀ ਮਾਈ ਟੱਟੀ ਨਾਲ। ਮਾਈ ਦੀ ਟੱਟੀ ਨਾਲ? ਉਹ ਗੋਵਾ ਹੁੰਦਾ ਵਾ, ਉਹਨੂੰ ਗੋਵਾ ਆਖੀਦਾ ਵਾ।
ਪਾਪਾ ਟੱਟੀ ਕਹੀਦਾ ਉਹਨੂੰ। ਉਹ ਨਹੀਂ ਪੁੱਤ, ਗੋਹਾ ਕਹੀਦਾ ਵਾ। ਗੋਹਾ ਤੇ ਪਾਥੀਆਂ ਨੂੰ ਕਹੀਦਾ ਵਾ। ਓਏ ਓਏ, ਉਹਦੇ ਪਾਥੀਆਂ ਪੱਥੀ ਦੀਆਂ, ਗੋਹੇ ਦੀਆਂ ਪਾਥੀਆਂ ਪੁੱਤ, ਪੱਥੀ ਦੀਆਂ ਵਾ। ਨਹੀਂ, ਉਹ ਥੋੜੀ ਪਤਲੀ ਪਤਲੀ ਸੀ ਟੱਟੀ ਵਰਗੀ। ਉਹ ਜਾ, ਤੂੰ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰ। ਜੇ ਤੂੰ ਨਹਾਉਣਾ ਸੀ ਤੂੰ ਮੈਨੂੰ ਦੱਸਦਾ, ਉੱਥੇ ਗੀਜ਼ਰ ਛੱਡ ਦੇ, ਉੱਥੇ ਨਹਾਉਂਦਾ ਤੂੰ ਤੱਤੇ ਪਾਣੀ ਨਾਲ। ਹੁਣ ਵੀ ਕੰਬੀ ਤੁਰਿਆ ਜਾਂਦਾ। ਪਿਸ਼ਾਬ ਕਰਦੀ ਸੀ, ਧੂੰਆਂ ਨਿਕਲ ਡਿਆ, ਉਹ ਵੀ ਗਰਮ ਪਾਣੀ ਸੀ। ਉਹ ਪੋਤੋ ਬਾਥਰੂਮ ਕਰਦੀ ਸੀ, ਪਿਸ਼ਾਬ ਕਰਦੀ ਸੀ। ਮੈਂ ਕਿਹਾ ਗਰਮ ਪਾਣੀ ਕੱਢਣ ਡਈ ਆ। ਉਹ ਇੱਥੇ ਹੀ ਸਿਰ ਮਾਰੀ ਜਾਵੇਂਗੀ ਤੇ ਗਾਹ ਆਣ ਕੇ ਦੱਸੇਗੀ, ਇੱਥੇ ਆ ਜਾ, ਤੂੰ ਦਿਨੇ ਦੁਪਹਿਰੇ ਇਸ਼ਾਰੇ ਮਾਰੀ ਤੁਰੀ ਜਾਂਦੀ ਆ। ਉਹ ਇੱਥੇ ਆ ਜਾ, ਜਿਹੜਾ ਵਾਲਾ ਪਾਉਣਾ ਮੇਰੇ ਕੰਨ 'ਚ ਇੱਥੇ ਹੀ ਪਾ ਦੇ। ਲੱਗ, ਇਹਨੂੰ ਬੜਾ ਪਤਾ ਵਾ, ਉਹਨੂੰ ਤੇ ਆਪਣੇ ਆਪ ਦਾ ਪਤਾ ਨਹੀਂ ਗਾ। ਉਹ ਠੰਡੇ ਪਾਣੀ ਨਾਲ ਹੋਵੇ ਨਹਾ ਕੇ ਬਹਿ ਗਿਆ ਈ ਉਹ, ਤੇ ਹੁਣ ਕੰਬੀ ਜਾਂਦਾ ਤੇ ਮੈਨੂੰ ਕਹਿੰਦਾ ਮੈਨੂੰ ਅਖੇ ਗਰਮੀ ਲੱਗਣ ਡਈ, ਪਾਪਾ ਮੈਨੂੰ ਗਰਮੀ ਲੱਗਣ ਡਈ, ਉਹਦੇ ਕੰਬੀ ਜਾਂਦਾ ਨਾਲੇ ਠੰਡ ਨਾਲ। ਉਹ ਇੱਥੇ ਆ ਜਾ, ਗਾਂ ਆ ਜਾ। ਬਾਬੇ ਨੇ ਬਹੁਤ ਕਿਰਪਾ ਕੀਤੀ ਆ, ਜਿਹੜਾ ਕਿਤੇ 8-9 ਸਾਲਾਂ ਤੋਂ ਸਾਨੂੰ ਕਿਤੇ ਧਿਆਨ ਨਹੀਂ ਸਾਡਾ, ਮਾਲਕ ਨੇ ਸਾਡਾ ਪੂਰਾ ਕਰ ਦਿੱਤਾ। ਤੁਸੀਂ ਦਾਦਾ ਬਣਨ ਵਾਲੇ ਆ। ਉਹ ਸ਼ੁਕਰ ਹੋਵੇ ਮਾਲਕਾ, ਉਹ ਸ਼ੁਕਰ ਹੋਵੇ ਮਾਲਕਾ ਤੇਰੀ ਘੜੀ ਨੂੰ ਸ਼ੁਕਰ ਆ ਮਹਾਰਾਜ। ਇਹਨਾਂ ਚੀਜ਼ਾਂ ਨੂੰ ਤੇ ਤਰਸਦੇ ਅਸੀਂ 9 ਸਾਲ ਲੰਘੇ ਸਾਡੇ। ਆਹ ਤੇ ਮਾਲਕ ਨੇ ਨਾ ਬੜਾ ਸੁਣੀ ਉਹ ਗੁੰਦਰ, ਉਹ ਕਿਸੇ ਬੰਦੇ ਦਾ ਪੈੜਾ ਹੀ ਚੰਗਾ ਹੁੰਦਾ ਨੀ, ਵੇਖ ਨੀ ਇਹ ਜਵਾਨ ਦਾ ਪੈੜਾ ਪਿਆ ਈ ਉਹ ਘਰ, ਤੇ ਮਾਲਕ ਨੇ ਸਾਨੂੰ ਖੁਸ਼ੀਆਂ ਬਖਸ਼ ਦਿੱਤੀਆਂ ਈ। ਉਹ ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰ ਆ ਮਾਲਕਾ। ਆਹ ਦਾਤਾਂ ਜਿਹੜੀਆਂ ਹਰ ਇੱਕ ਨੂੰ ਦੇਵੇ, ਕੋਈ ਨਿਰਾਸਾ ਨਾ ਜਾਵੇ ਦੁਨੀਆਂ ਤੋਂ ਇਹ ਚੀਜ਼ਾਂ ਨੂੰ ਤਰਸਦੇ। ਲੈ ਹੁਣ ਮੈਂ ਮੋਢਿਆਂ ਦੇ ਚੁੱਕ ਕੇ ਤੇ ਨਾਲੇ ਮੈਂ ਨਹਿਰ ਤੇ ਘੁੰਮਿਆ ਕਰੂੰਗਾ ਆਪਣੇ ਬੱਚੇ ਨੂੰ ਲੈ ਕੇ, ਤੇ ਨਾਲੇ ਮੈਂ ਫੇਰੀ ਲਾਇਆ ਕਰੂੰਗਾ ਦਾਦਾ ਪੋਤਾ। ਆਹ ਨਜ਼ਾਰੇ ਬੰਨ ਤੇ ਮਾਲਕ ਨੇ ਤੇ ਸੱਚੇ ਪਾਤਸ਼ਾਹ ਆਹ ਦਿਨ ਦੇਖਦੇ ਸਾਨੂੰ ਕਿੰਨੀਆਂ ਸਾਡੀਆਂ ਅੱਖਾਂ ਪੱਕ ਗਈਆਂ। ਆਹ ਚਾਹ ਚਾਹ ਤਲਾਉਂਦੇ ਆ, ਖੁਸ਼ੀ ਦਾ ਦਿਨ ਆਇਆ ਵਾ ਮੇਰੇ ਪੁੱਤ ਨੂੰ ਵਧਾਈਆਂ ਬਹੁਤ ਬਹੁਤ। ਮੇਰਾ ਤੇ ਜੀ ਕਰਦਾ ਅੱਜ ਮੈਂ ਵੱਡਾ ਕੁਛ, ਵੇ ਮਾਲਕ ਨੇ ਸਾਡੇ ਤੇ ਕਿੱਡੀ ਕਿਰਪਾ ਕੀਤੀ, ਸਾਡੀਆਂ ਤੇ ਅੱਖਾਂ ਪੱਕ ਗਈਆਂ। 9 ਸਾਲ ਹੋ ਗਏ ਆ ਜਦੋਂ ਲੋਕੀ ਬੁੱਢੇ ਬੁੱਢੇ ਆਪਣੇ ਪੋਤੇ ਪੋਤੀਆਂ ਖਿਡਾਉਂਦੇ ਸੀ ਨਾ। ਲੈ ਪੁੱਤ ਤੈਨੂੰ ਵੀ ਪਾ ਲੈਣਾ ਉਹਦੇ। ਹੋਰ ਚਾਹ ਚਾਹੀਦੀ ਪੁੱਤ, ਚਾਹ ਬਣਾ ਕੇ ਨਾ ਪਿਆਲੋ। ਕੱਪੜੇ ਧੋਣੇ ਸੀ ਪੁੱਤ, ਕੱਪੜੇ ਧੁਆ ਦਿੰਦਾ। ਤੂੰ ਧੂੰਆਂ ਸੇਕ ਲਾ, ਹੱਥ ਸੇਕ ਲਾ ਮੇਰਾ ਪੁੱਤ। ਸੇਕ ਲਾ ਧੂੰਆਂ, ਤੂੰ ਮਗਰ 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 ਹੀ ਲਮਕਿਆ ਵਾ ਸੱਸ, ਕੋਈ ਗੱਲ ਨਹੀਂ ਕਰਨ ਦਿੰਦਾ। ਜਦੋਂ ਬੁੱਢੇ ਬੁੱਢੇ ਆਪਣੇ ਪੋਤੇ ਪੋਤੀਆਂ ਚੁੱਕ ਕੇ ਖਿਡਾਉਂਦੇ ਸੀ ਨਾ, ਮੇਰੇ ਮਨ ਤੇ ਬੜਾ ਆਉਂਦਾ ਸੀ ਕਿ ਸੱਚੇ ਪਾਤਸ਼ਾਹ ਸਾਡੇ ਦੇ ਵੀ ਖੁਸ਼ੀਆਂ ਲਿਆ, ਮੈਂ ਵੀ ਚੁੱਕ ਕੇ ਖਿਡਾਵਾਂ। ਉਹ ਵੀ ਬੜੇ ਚੰਗੇ ਲੱਗਦੇ ਸੀ, ਬਹੁਤ ਚੰਗੇ ਲੱਗਦੇ, ਉਹ ਵੀ ਚੰਗੇ ਮੈਨੂੰ ਲੱਗਦੇ ਵੀ ਸ਼ੁਕਰ ਆ ਮਾਲਕਾ ਇਹਨਾਂ ਨੂੰ ਦਿੱਤੇ ਦੇ ਖਿਡਾਉਣ ਦੇ ਆ। ਕਰਮਾ ਵਾਲਾ ਹੀ ਬੰਦਾ ਘਰ ਹੁੰਦਾ ਵਾ ਪੁੱਤ, ਜਿੱਥੇ ਨਿੱਕੇ ਨਿੱਕੇ ਬਾਲ ਖੇਡਦੇ ਤੇ ਦਾਦੇ ਦਾਦੀ ਖਿਡਾਉਂਦੇ ਆ। ਮੈਂ ਸਗੋਂ ਕਈ ਵਾਰ ਕਹਿਣਾ ਵੀ ਉਹਨਾਂ ਦੇ ਘਰ ਵੀ ਬੱਚਾ ਹੋਇਆ, ਉਹਨਾਂ ਤੇਰੇ ਭਾਪਾ ਹੀ ਨੇ ਆਖਣਾ ਕੋਈ ਨੀ ਰੱਬ ਤੇ ਡੋਰੀਆਂ ਸੁੱਟੀਆਂ ਵਾ, ਉਹਨੇ ਸਭ ਕੁਝ ਕਰਨਾ ਚੰਗਾ। ਮੈਂ ਇਹੋ ਗੱਲ ਇਹਨੂੰ ਕਹਿਣਾ, ਮੈਂ ਕਿਹਾ ਮਹਾਰਾਜ ਕੋ ਮੰਗ, ਮਹਾਰਾਜ ਨੇ ਦੇਣਾ ਵਾ, ਦੇਣਾ ਸਭ ਕੁਝ। ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਪੁੱਤ, ਮੂਲ ਨੂੰ ਵਿਆਜ ਪਿਆਰਾ ਹੁੰਦਾ। ਅੱਜ ਮੇਰਾ ਮਨ ਹੈ ਦਗ ਦਗ ਹੋ ਗਿਆ। ਧੂੰਆਂ ਫੜ ਲਈਏ, ਢੋਈ ਨੀ ਬਣਿਆ, ਕੀ ਹੋਇਆ, ਕੱਚੀ ਹੋਈ ਜਾਂਦੀ ਹੈ। ਐਵੇਂ ਨਾ ਲਿਆ, ਗਰਮੀ ਲੱਗੀ ਜਾਂਦੀ ਜੀ, ਨਾ ਪਰ ਪੋਟੀ ਬੜੀ ਲੱਗੀ ਨਾ ਮਾਜੀ ਦੀ, ਧੂੰਆਂ ਖਾਧਾ ਗਿਆ ਜੀ। ਚਾਹ ਪਾਣੀ ਕਦੋਂ ਆਉਣੀ ਆ? ਪਾਪਾ ਕਹਿੰਦਾ ਚਾਹ ਗਰਮ ਹੁੰਦੀ ਆ, ਇਹ ਚਾਹ ਗਰਮ ਹੁੰਦੀ, ਗਰਮੀ ਨੂੰ ਅੱਗੇ ਲੱਗਣ ਡਈ ਆ ਤੇ ਮੈਨੂੰ ਗਰਮੀ ਹੋ ਜਾਣੀ ਆ।
ਚਾਹ ਮੈਂ ਨਹੀਂ ਪੀਣੀ ਪਿਆ ਸੁੱਖ ਕਹਿੰਦੀ ਕਿ ਉਹ ਕਿਸੇ ਨਾਲ ਚਲੇ ਗਏ ਆ। ਮੈਂ ਹੁਣ ਥੋੜੇ ਦਿਨ ਵੇਟ ਵੀ ਕੀਤੀ ਪਰ ਹੁਣ ਫਿਰ ਬੰਦਾ ਕਿੰਨਾ ਚਿਰ ਵੇਟ ਕਰੂਗਾ। ਹਾਂਜੀ ਕਿਸੇ ਨਾਲ ਚਲੇ ਗਏ ਮੈਮ? ਮਤਲਬ ਕਹਿੰਦੇ ਇੱਥੇ ਹੀ ਇੰਨਾ ਅਫੇਅਰ ਸੀਗਾ ਤੇ ਉਹਦੇ ਨਾਲ। ਨਹੀਂ ਨਹੀਂ ਮੈਮ, ਇੱਦਾਂ ਦੀ ਕੋਈ ਗੱਲ ਨਹੀਂ ਹੋ ਸਕਦੀ। ਅਸੀਂ ਸਾਰੇ ਨਾਲ ਰਹਿੰਦੇ ਰਹੇ ਹਾਂ, ਹਾਂ ਸਰ ਆਪਣੇ ਭੈਣਾਂ ਵਾਂਗੂ ਮੰਨਦੇ। ਮੈਨੂੰ ਨਹੀਂ ਲੱਗਦਾ ਇਹੋ ਜਿਹੀ ਕੋਈ ਗੱਲ ਹੋਊਗੀ। ਮੈਨੂੰ ਤੇ ਖੁਦ ਨੂੰ ਨਹੀਂ ਯਕੀਨ ਹੈਗਾ ਸੱਚੀ ਗੱਲ ਦੱਸਾਂ ਤੇ, ਪਰ ਹੁਣ ਮੈਂ ਕੀ ਕਰ ਸਕਦੀ ਹਾਂ। ਸੁੱਖ ਵੀ ਕਹੀ ਜਾਂਦੀ ਹੈ, ਉਹਦਾ ਹਸਬੈਂਡ ਵੀ ਕਹਿੰਦਾ ਕਿ ਨਹੀਂ ਬਾਹਰ ਪਤਾ ਨਹੀਂ ਲੱਗਦਾ। ਹੁਣ ਬੰਦਾ ਕੀ ਕਰ ਸਕਦਾ? ਮੈਂ ਤੇ ਉਹਦੇ ਘਰੇ ਵੈਸੇ ਮੈਨੂੰ ਮਤਲਬ ਇੱਕ ਦੂਜੇ ਆਫਿਸ 'ਚ ਕੁੜੀ ਹੈਗੀ ਦੂਜੇ ਸਟਾਫ 'ਚ, ਉਹ ਸਰ ਦੇ ਕਾਫੀ ਮਗਰ ਫਿਰਦੀ ਰਹਿੰਦੀ, ਪਰ ਸਰ ਨੇ ਅੱਜ ਤੱਕ ਉਹਨੂੰ ਵੀ ਨਹੀਂ ਕਰਦੀ ਤਾਂ ਉਹ ਨਜ਼ਰ ਨਹੀਂ ਦਿੱਤੇ, ਇਗਨੋਰ ਹੀ ਕਰਦੇ ਰਹੇ ਆ। ਫਿਰ ਉਹਨੂੰ ਮੈਨੂੰ ਕੁਝ ਨਹੀਂ ਸਮਝ ਲੱਗਦੀ ਮੈਂ। ਪਰ ਜੇ ਕਿ ਸੁੱਖ ਕਹਿੰਦੀ, ਕਿਉਂਕਿ ਸਰ ਦੀ ਮੇਰੇ ਨਾਲੋਂ ਜ਼ਿਆਦਾ ਗੱਲਬਾਤ ਸੁੱਖ ਨਾਲ ਹੀ ਹੁੰਦੀਗੀ, ਉਹਨੂੰ ਸਰ ਕੋਲ ਦੱਸ ਦਿੰਦੇ ਸ਼ਾਇਦ ਹੋ ਸਕਦਾ, ਪਰ ਮੇਰਾ ਦਿਲ ਨਹੀਂ ਮੰਨਦਾ ਕਿ ਇੱਦਾਂ ਦਾ ਕੁਛ ਹੋਊਗਾ। ਬਦਨਾਮੀ ਤੋਂ ਡਰਦੀ, ਪਰ ਹੁਣ ਮੈਂ ਹੀ ਕੱਲੀ ਇੱਜ਼ਤ ਨੂੰ ਵੇਖਦੀ ਰਵਾਂ ਤੇ ਉਹ ਪਤਾ ਹੀ ਨੀ ਮੈਨੂੰ ਕਿੱਥੇ ਆ। ਜੇ ਬਾਅਦ ਵਿੱਚ ਉਹ ਨਾ ਗਿਆ ਹੋਇਆ ਕਿਸੇ ਨੂੰ ਲੈ ਕੇ ਤੇ ਮੈਂ ਫਿਰ ਕਿਹਨੂੰ ਮੂੰਹ ਦਿਖਾਉਂਗੀ, ਕੀ ਕਰੂੰਗੀ? ਨਹੀਂ ਜੀ ਮੈਨੂੰ ਕੁਛ ਪਤਾ ਹੁੰਦਾ ਮੈਂ ਦੱਸ ਦਿੰਦੀ, ਪਰ ਮੈਨੂੰ ਇਹੋ ਜਿਹਾ ਕੁਛ ਨਹੀਂ ਪਤਾ ਕਿਉਂਕਿ ਮੇਰਾ ਵੀ ਆਪਣਾ ਮੁੰਡਾ ਬਿਮਾਰ ਹੀਗਾ। ਮੈਂ ਵੀ ਟਾਈਮ ਨਾਲ ਚਲ ਗਈ ਤੇ ਫਿਰ ਮੈਨੂੰ ਆ ਹੀ ਨਹੀਂ ਹੋਇਆ ਇੱਥੇ। ਤੂੰ ਇੱਥੇ ਜੇ ਕੈਮਰੇ ਹੁੰਦੇ ਤਾਂ ਵੀ ਸੀ, ਇੱਥੇ ਕੈਮਰੇ ਵੀ ਨਹੀਂ ਲਗਵਾਏ ਇਹਨਾਂ ਨੇ। ਫਿਰ ਵੀ ਚਲੋ ਪਤਾ ਲੱਗਦਾ ਨਹੀਂ ਗਏ। ਨਹੀਂ ਕੋਈ ਗੱਲ ਨਹੀਂ, ਕੋਈ ਤੁਸੀਂ ਵੇਟ ਕਰ ਲਓ, ਇੱਕ ਤਾਂ ਵਾਪਸ ਆ ਹੀ ਜਾਣ। ਪਰ ਓਦਾਂ ਹੁਣ ਮੈਂ ਪਾਪਾ ਨੂੰ ਦੱਸਿਆ ਹੀਗਾ ਤੇ ਪਾਪਾ ਵੀ ਕਹਿੰਦੇ ਕਿ ਵੇਟ ਕਰ ਲਾ। ਪਰ ਫਿਰ ਵੀ ਮੈਂ ਕਿਹਾ ਕਿ ਤੁਸੀਂ ਫੋਨ ਕਰੋ ਉੱਥੇ ਆਫਿਸ ਵਿੱਚ ਤੇ ਸ਼ਾਇਦ ਹਾਂ ਉਹ ਆਪਣੇ ਥਰੂ ਥੋੜ੍ਹੀ ਬਹੁਤੀ ਹੈ ਨਾ ਕਰ ਲੈਣ ਤੇ ਤੁਸੀਂ ਨਾ ਅਜੇ ਜਾਓ ਕਿਉਂਕਿ ਉਹ ਵੀ ਪੁਲਿਸ ਵਿੱਚ ਸੀਗੇ ਤੇ ਉਹ ਕਰ ਸਕਦੇ ਆ ਥੋੜ੍ਹਾ। ਪਾਪਾ ਵੀ ਕਨੇਡਾ ਗਏ ਆ ਨਾ ਹੁਣ, ਅੱਛਾ ਵੀ ਗਏ ਆ ਨਾ ਉੱਥੇ ਮੇਰੇ ਭਤੀਜੀ ਮੀਨ ਉਹਨਾਂ ਨੇ ਪਹਿਲਾਂ ਹੀ ਦੱਸਿਆ ਵਾ ਡਾਕਟਰ ਨੇ ਤੇ ਉਹ ਉੱਧਰ ਖੁਸ਼ੀ ਦੇ ਕੰਮ ਸੀਗੇ, ਇੱਧਰ ਪਤਾ ਨਹੀਂ ਕਿਹੜੇ ਵੇਲੇ ਇਹ ਚੱਕਰ ਪੈ ਗਈ। ਮੈਂ ਤਾਂ ਹੁਣ ਕਾਫੀ ਦਿਨ ਦੱਸਿਆ ਨਹੀਂ, ਅੱਜ ਹੀ ਪਾਪਾ ਨੂੰ ਫੋਨ ਕੀਤਾ। ਫਿਰ ਵੀ ਇੱਕ ਦੋ ਜਣੇ ਦੀ ਸਲਾਹ ਹੋ ਜਾਂਦੀ ਹੈ, ਨਹੀਂ ਤੇ ਫਿਰ ਮੈਂ ਤਾਂ ਹੁਣ ਚੱਲੀ ਸੀਗੀ ਪੁਲਿਸ ਕੋਲ। ਨਹੀਂ ਕੋਈ ਗੱਲ ਨਹੀਂ, ਚਲੋ ਪਾਪਾ ਦੇ ਕਾਲ ਕਰਨਗੇ ਇਹਨਾਂ ਨੂੰ। ਚਲੋ ਠੀਕ ਆ ਫਿਰ। ਹਾਂਜੀ ਹਾਂਜੀ।
ਖੁਸ਼ੀ ਦੇ ਨਾਲ ਤੂੰ ਕਿੱਥੇ ਚੱਲਿਆ ਸੀ? ਸਾਡਾ ਮਨ ਤੇ ਹੋ ਗਿਆ, ਪਰ ਮੇਰਾ ਮਨ ਉਦੋਂ ਤੱਕ ਤੱਕ ਹੋਣਾ ਵਾ ਜਦੋਂ ਮੇਰੀ ਵੀ ਮੰਨੋਗੇ। ਤੂੰ ਦੱਸ, ਤੂੰ ਵੀ ਆਪਣੀ ਸੁਣਾ। ਉਹ ਤੁਹਾਨੂੰ ਮਾਤਾ ਦੱਸ ਦੂਗੀ, ਮੈਂ ਦੱਸਦਾ ਵਾ। ਮਾਤਾ ਦੱਸ ਦੂਗੀ, ਇਹ ਕੀ ਗੱਲ ਕਰ ਗਿਆ ਵਾ? ਹਰਿਆ ਇਹਨੇ ਕੀ ਮਾਤਾ ਨੂੰ ਦੱਸ ਦਿੱਤਾ ਹੀ ਉਹ? ਚੱਲ ਕੋਈ ਨੀ, ਉਹ ਵੀ ਮੈਂ ਪੁੱਛ ਲਈ ਨਾ ਇਹਦੇ ਕੋਲ।